ਚਾਰ ਇੱਕ ਮੈਂ ਪਹਿਲਾਂ ਮੈਚ ਜਿੱਤ ਗਿਆ, ਚਾਰ ਇੱਕ ਜਿਹਨੂੰ ਚੰਨੀ ਹੋਣੀ ਆਈ ਚਲ ਬਹੁਤ ਵਧੀਆ ਫਿਰ ਆਇਆ ਭਾਈ ਤਾਂ ਫੋਨ ਆ ਲਓ ਬਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ੇ ਕੌਮ ਟੀਵੀ ਵੇਖ ਰਹੇ ਸਾਰੇ ਸਰੋਤਿਆਂ ਨੇ ਫਤਿਹ ਪ੍ਰਵਾਨ ਕਰਨੀ ਜੀ। ਆਸਟ੍ਰੇਲੀਆ ਮੈਲਬੌਰਨ ਦੇ ਵਿੱਚ ਗੁਰਦੁਆਰਾ ਸਾਹਿਬ ਬਾਬਾ ਬੁੱਢਾ ਜੀ, ਉਹਨਾਂ ਦੇ ਸਮੂਹ ਪ੍ਰਬੰਧਕਾਂ ਅਤੇ ਸੇਵਾਦਾਰਾਂ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਟੂਰਨਾਮੈਂਟ 29 ਅਤੇ 30 ਸਤੰਬਰ ਨੂੰ ਕਰਵਾਇਆ ਜਾ ਰਿਹਾ, ਉਸ ਬਾਰੇ ਆਪਾਂ ਇੱਥੇ ਪ੍ਰਬੰਧਕਾਂ ਤੋਂ ਜਾਣਕਾਰੀ ਲੈਂਦੇ ਹਾਂ ਜੀ। ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ, ਧੰਨ ਧੰਨ ਬਾਬਾ ਬੁੱਢਾ ਜੀ ਪੈਕਨਮ ਗੁਰਦੁਆਰਾ ਸਾਹਿਬ, ਧੰਨ ਧੰਨ ਬਾਬਾ ਬੁੱਢਾ ਜੀ ਪੈਕਨਮ ਦੀ ਸਮੂਹ ਸੰਗਤ, ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ ਤਥਾ ਇਲਾਕੇ ਦੀਆਂ ਸਰਬੱਤ ਸੰਗਤਾਂ ਵੱਲੋਂ ਰਲ ਮਿਲ ਕੇ ਧੰਨ ਧੰਨ ਬਾਬਾ ਬੁੱਢਾ ਜੀ ਦੇ ਪਾਵਨ ਜਨਮ ਦਿਹਾੜੇ ਦੇ ਖੁਸ਼ੀ ਅੰਦਰ ਦੂਸਰਾ ਸਾਲਾਨਾ ਜੋ ਹੈ ਖੇਡ ਮੇਲਾ ਬੜੀ ਸ਼ਰਧਾ ਭਾਵਨਾ ਸਹਿਤ ਪੈਕਨਮ ਦੇ ਵਿੱਚ ਮਨਾਇਆ ਜਾ ਰਿਹਾ ਜੀ 29 ਅਤੇ 30 ਤਰੀਕ ਨੂੰ, ਜਿਹਦੇ ਵਿੱਚ ਇਲਾਕੇ ਦੀਆਂ ਸਮੂਹ ਟੀਮਾਂ ਆਸਟ੍ਰੇਲੀਆ ਤੋਂ ਅਤੇ ਨਿਊਜ਼ੀਲੈਂਡ ਤੋਂ ਸਮੂਹ ਟੇਲਾਂ ਬਹੁਤ ਸਾਰੀਆਂ ਟੀਮਾਂ ਇਸ ਮੇਲੇ ਵਿੱਚ ਪਹੁੰਚ ਰਹੀਆਂ ਹਨ। ਇਹ ਬਹੁਤ ਹੀ ਵਧੀਆ ਮੈਚ ਇੱਥੇ ਹੋ ਰਹੇ ਹਨ ਜੀ, ਜਿਹਦੇ ਵਿੱਚ ਗੱਤਕਾ ਵੀ ਹੋਏਗਾ, ਬੱਚਿਆਂ ਦੇ ਵੀ ਗੇਮਾਂ ਹੋਣਗੀਆਂ ਅਤੇ ਹੋਰ ਬਹੁਤ ਸਾਰੀਆਂ ਖੇਡਾਂ ਹਨ, ਜਿਹਦੇ ਵਿੱਚ ਆਪ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਜੀ ਵੱਧ ਚੜ੍ਹ ਕੇ ਆਪ ਜੀ ਹਿੱਸਾ ਲਓ, ਸ਼ਾਮਿਲ ਹੋਵੋ। ਜਿੱਥੇ ਆਪ ਜੀ ਖੇਡ ਮੇਲੇ ਵਿੱਚ ਸ਼ਾਮਿਲ ਹੋਵੋਗੇ ਉੱਥੇ ਇਤਿਹਾਸਿਕ ਤੌਰ 'ਤੇ ਵੀ ਬਹੁਤ ਸਾਰੇ ਇੱਥੇ ਪ੍ਰੋਗਰਾਮ ਹੋ ਰਹੇ ਹਨ, ਜਿਸ ਤਰ੍ਹਾਂ ਢਾਡੀ ਵਾਰਾਂ, ਕਵੀਸ਼ਰੀ ਵਾਰਾਂ ਅਤੇ ਕੀਰਤਨ ਵੀ ਬੱਚਿਆਂ ਦਾ ਹੋਵੇਗਾ, ਧਾਰਮਿਕ ਵੀ ਅਤੇ ਖੇਡ ਮੇਲਾ ਵੀ ਦੋਵੇਂ ਰਲ ਮਿਲੇ ਇਹ ਪ੍ਰੋਗਰਾਮ ਹਨ ਜੀ, ਬਹੁਤ ਸੋਹਣੇ ਪ੍ਰੋਗਰਾਮ ਬਣ ਰਹੇ ਹਨ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੱਥ ਜੋੜ ਕੇ ਜੀ 29 ਅਤੇ 30 ਤਰੀਕ ਨੂੰ ਇਹ ਖੇਡ ਮੇਲਾ ਹੋ ਰਿਹਾ ਜੀ। ਸੋ ਆਪ ਸਰਬੱਤ ਸੰਗਤਾਂ ਨੇ ਵੱਧ ਚੜ੍ਹ ਕੇ ਹਿੱਸਾ ਲੈਣਾ ਹੈ ਅਤੇ ਸੇਵਾਦਾਰਾਂ ਦੇ ਆਪ ਜੀ ਨੇ ਹੌਸਲੇ ਵਧਾਉਣੇ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅਗਲੀ ਜਾਣਕਾਰੀ ਆਪਾਂ ਓਂਕਾਰ ਸਿੰਘ ਹੋਣਾ ਤੋਂ ਲੈਂਦੇ ਹਾਂ ਜੀ। ਹਾਂਜੀ ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਭਾਈ ਸਾਹਿਬ ਹੋਣਾ ਨੇ ਦੱਸਿਆ ਹੈ ਕਿ 29 ਅਤੇ 30 ਸਤੰਬਰ ਨੂੰ ਇਹ ਮੇਲਾ ਸ਼ੁਰੂ ਹੋ ਰਿਹਾ, ਜਿਸ ਵਿੱਚ 29 ਨੂੰ ਵਾਲੀਬਾਲ ਦੇ ਮੈਚਿਸ ਹੋਣਗੇ, ਜਿਹੜੇ ਕਿ 4 ਓਲੰਪਿਕ ਵੇ ਅਤੇ ਕਾਰਡੀਨੀਅਲ ਲਾਈਫ ਦੇ ਵਿੱਚ ਆਉਂਦੇ, ਜਿਸ ਵਿੱਚ ਡਿਵੀਜ਼ਨ 1 ਦੀਆਂ 8 ਟੀਮਾਂ ਹਨ, ਉਹਨਾਂ ਦੇ ਮੈਚ ਓਲੰਪਿਕ ਵੇ 'ਤੇ ਹੋਣਗੇ ਅਤੇ ਡਿਵੀਜ਼ਨ 2 ਦੀਆਂ 7 ਟੀਮਾਂ ਨੇ ਜਿਹਨਾਂ ਦੇ ਮੈਚ ਹੈਨਰੀ ਰੋਡ ਦੇ ਉੱਪਰ ਜਿਹੜਾ ਪ੍ਰਾਇਮਰੀ ਸਕੂਲ ਆ ਉੱਥੇ ਹੋਣਗੇ। ਬਾਅਦ ਵਿੱਚ ਜਿਹੜੇ ਫਾਈਨਲ ਮੈਚ ਸੈਮੀਫਾਈਨਲ ਮੈਚ ਨੇ ਉਹ ਫਿਰ ਓਲੰਪਿਕ ਵੇ ਦੇ ਉੱਪਰ ਹੀ ਹੋਣਗੇ। ਉਸ ਤੋਂ ਬਾਅਦ 30 ਸਪਤੰਬਰ ਨੂੰ ਨਾਲ ਹੀ ਬੈਡਮਿੰਟਨ ਦੇ ਮੈਚ ਵੀ ਓਲੰਪਿਕ ਵੇ 'ਤੇ ਹੋਣਗੇ ਅਤੇ ਉੱਥੇ ਹੀ ਓਲੰਪਿਕ ਵੇ 'ਤੇ ਹੀ ਬੈਡਮਿੰਟਨ ਦੇ ਫਾਈਨਲਸ ਹੋਣਗੇ। ਉਸ ਤੋਂ ਬਾਅਦ 30 ਸਪਤੰਬਰ ਨੂੰ ਕਬੱਡੀ ਦੇ ਮੈਚ ਨੇ, ਬੱਚਿਆਂ ਦੀਆਂ ਗੇਮਾਂ ਨੇ ਅਤੇ ਉਸ ਤੋਂ ਬਾਅਦ ਢਾਡੀ ਵਾਰਾਂ ਨੇ ਅਤੇ ਕੁਇਜ ਕੰਟੈਸਟ ਨੇ ਅਤੇ ਕੁਝ ਹੋਰ ਸਟਾਲਸ ਵੀ ਨੇ ਜਿਹੜੇ ਕਿ ਹੈਨਰੀ ਰੋਡ ਦੇ ਉੱਪਰ ਹੀ ਹੋਣਗੇ। ਅਤੇ ਉਸ ਤੋਂ ਬਾਅਦ ਜਿਹੜੇ ਪਹਿਲਾ ਮੈਚ ਆ ਤਕਰੀਬਨ 10 ਵਜੇ ਸਟਾਰਟ ਹੋ ਜਾਏਗਾ ਅਤੇ ਇਹ ਟੋਟਲੀ ਫ੍ਰੀ ਇਵੈਂਟ ਆ ਅਤੇ ਬੱਚਿਆਂ ਲਈ ਬਹੁਤ ਸਾਰੀਆਂ ਖੇਡਾਂ ਹਨ ਜਿਸ ਵਿੱਚ ਰੇਸਾਂ ਵੀ ਹਨ। ਅਤੇ ਇਸ ਤੋਂ ਇਲਾਵਾ ਇਹ ਸਾਰਾ ਜਿਹੜਾ ਕਬੱਡੀ ਟੂਰਨਾਮੈਂਟ ਹੈ NFK ਦੇ ਅੰਡਰ ਹੋ ਰਿਹਾ, ਜਿਸ ਵਿੱਚ ਆਸਟ੍ਰੇਲੀਆ ਵਾਈਡ ਸਾਰੀਆਂ ਟੀਮਾਂ ਆ ਰਹੀਆਂ ਨੇ, ਜਿਵੇਂ ਕਿ ਵਲਗੂਲਗਾ ਤੋਂ ਤਾਂ ਪਰਥ ਤੋਂ ਅਤੇ ਆਲ ਸਿਡਨੀ ਅਤੇ ਮੈਲਬੌਰਨ ਤੋਂ ਸਾਰੀਆਂ ਟੀਮਾਂ ਪਾਰਟੀਸਪੇਟ ਕਰ ਰਹੀਆਂ ਨੇ। ਕਿ ਇਹ ਜਿਹੜਾ ਜੋੜ ਮੇਲਾ ਹੈ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੈ, ਇਸ ਕਰਕੇ ਇਹ ਜੋੜ ਮੇਲਾ ਇੱਕ ਧਾਰਮਿਕ ਤੌਰ 'ਤੇ ਅਤੇ ਦੂਸਰਾ ਖੇਡਾਂ ਤੌਰ 'ਤੇ ਵੀ ਬਹੁਤ ਅਹਿਮੀਅਤ ਰੱਖਦਾ ਹੈ। ਇਸ ਸਾਰੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਹੁੰਮ ਹੁਮਾ ਕੇ ਪਹੁੰਚੋ ਅਤੇ ਆਪਣੇ ਬੱਚਿਆਂ ਨੂੰ ਅਤੇ ਫੈਮਿਲੀ ਨੂੰ ਲੈ ਕੇ ਆਓ, ਫ੍ਰੀ ਇਵੈਂਟ ਹੈ ਅਤੇ ਫ੍ਰੀ ਹਰ ਈਵੈਂਟ, ਹਰ ਐਂਟਰੀ ਬਿਲਕੁਲ ਫ੍ਰੀ ਹੈ। ਅਤੇ ਇਸ ਤੋਂ ਇਲਾਵਾ ਜਿਹੜੇ ਬੱਚਿਆਂ ਦੇ ਕੁਇਜ ਕੰਟੈਸਟ ਹਨ ਉਹਦੇ ਬੱਚੇ ਹਿੱਸਾ ਲੈ ਸਕਦੇ, ਉਹਦੇ 'ਚ ਕੁਝ ਪ੍ਰਾਈਜ਼ ਨੇ ਅਤੇ ਫਨ ਰਾਈਡਸ ਨੇ ਅਤੇ ਫੂਡ ਸਟਾਲਸ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹਾਂਜੀ ਹਾਂਜੀ, ਜਿਸ ਤਰ੍ਹਾਂ ਓਂਕਾਰ ਸਿੰਘ ਹੋਣਾ ਨੇ ਆਪ ਜੀ ਨੂੰ ਦੱਸਿਆ ਹੈ, ਇਹ ਜੋ ਜੋੜ ਮੇਲਾ ਹੈ ਇਹ ਬਾਬਾ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੈ। ਇਹੋ ਹੀ ਸਾਰੇ ਆਉਣ ਵਾਲੇ ਜੋ ਵੀ ਮਾਈ ਭਾਈ ਨੂੰ ਇਹੋ ਬੇਨਤੀ ਹੈ ਜੀ, ਇਹ ਟੋਟਲੀ ਅਲਕੋਹਲ ਫ੍ਰੀ ਜੋ ਵੀ ਇਹ ਜੋੜ ਮੇਲਾ ਹੈ,
ਅਤੇ ਆਪਾਂ ਇਸ ਚੀਜ਼ ਦਾ ਕੋਈ ਵੀ ਇੱਥੇ ਇਹ ਸੇਵਨ ਨਹੀਂ ਕਰਨਾ, ਇਹ ਆਪ ਜੀ ਨੂੰ ਹੱਥ ਜੋੜ ਕਰਕੇ ਬੇਨਤੀ ਹੈ ਜੀ। ਬਾਕੀ ਇਹ ਸਾਰਾ ਪ੍ਰੋਗਰਾਮ ਆਪਾਂ ਆਵਾਜ਼ੇ ਕੌਮ ਟੀਵੀ ਤੋਂ ਲਾਈਵ ਦੁਨੀਆ ਭਰ ਵਿੱਚ ਤੁਸੀਂ ਦੇਖ ਸਕਦੇ ਹੋ ਜੀ, ਅਤੇ ਆਪ ਜ਼ਰੂਰ ਹੁੰਮ ਹੁਮਾ ਕੇ ਪਹੁੰਚੋ ਜੀ, ਅਤੇ ਜੋ ਇਸ ਦਾ ਪੋਸਟਰ ਆ ਉਹ ਵੀ ਅਪਲੋਡ ਕਰ ਦਿੱਤਾ ਜਾਏਗਾ ਜੀ ਆਵਾਜ਼ੇ ਕੌਮ ਟੀਵੀ 'ਤੇ ਜੀ। ਅਤੇ ਆਪ ਜ਼ਰੂਰ 29 ਅਤੇ 30 ਤਰੀਕ ਨੂੰ ਸਾਰੇ ਹੀ ਆਪ ਮਾਈ ਭਾਈ ਜ਼ਰੂਰ ਪਹੁੰਚੋ। ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਪ੍ਰਬੰਧਕਾਂ ਵੱਲੋਂ, ਅਤੇ ਸਟੋਲ ਦਾ ਵੀ ਉੱਥੇ ਸਟੋਲ ਵੀ ਹੈ ਨੇ, ਅਤੇ ਲੰਗਰ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਜੀ। ਆਪ ਸਭ ਨੂੰ ਹੱਥ ਜੋੜ ਕਰਕੇ ਫਿਰ ਇਹੋ ਬੇਨਤੀ ਹੈ ਜੀ, ਜੇ ਅਲਕੋਹਲ ਫਰੀ ਹੈ ਜੋ ਵੀ ਜੋੜ ਮੇਲਾ ਹੈ, ਅਤੇ ਇਸ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਆਪਾਂ ਕੋਈ ਵੀ ਆਪਣਾ ਜਾਂ ਕੋਈ ਵੀ ਲੀਕਰ ਦਾ ਕੋਈ ਸੇਵਨ ਨਹੀਂ ਕਰ ਸਕਦੇ। ਇਹ ਹੱਥ ਜੋੜ ਕੇ ਬੇਨਤੀ ਆਪ ਜੀ ਸਭ ਜੀ ਨੇ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਕੈਮਰਾਮੈਨ ਨੂੰ ਕਹਿੰਦਾ ਜੀ ਇੱਕ ਮਿੰਟ, ਇੱਦਾਂ ਜਿਹੜੀਆਂ ਤਿਆਰੀਆਂ ਹੋ ਰਹੀਆਂ ਜੀ, ਅਤੇ ਇਹਨਾਂ ਵੱਲ ਵੀ ਥੋੜ੍ਹਾ ਕੈਮਰਾ ਘੁਮਾ ਦਿਓ ਜੀ ਸਾਰੇ। ਹਾਂਜੀ, ਜਿਸ ਤਰ੍ਹਾਂ ਆਪ ਜੀ ਦੇਖ ਰਹੇ ਹੋ ਇਸ ਜੋੜ ਮੇਲੇ ਦੀ ਜੋ ਵੀ ਪੂਰੀ ਤਰ੍ਹਾਂ ਲੰਗਰ ਦੀਆਂ ਤਿਆਰੀਆਂ ਇੱਕ ਵੀਕ ਪਹਿਲਾਂ ਹੀ ਆਰੰਭ ਹੋ ਗਈਆਂ ਹਨ ਜੀ। ਅਤੇ ਹਾਂਜੀ, ਹਾਂਜੀ, ਬਾਕੀ ਹੋਰ ਪ੍ਰਬੰਧਕਾਂ ਵੱਲੋਂ ਇਹ ਵੀ ਬੇਨਤੀ ਹੈ ਜੇ ਕਿਸੇ ਵੀ ਮਾਈ ਭਾਈ ਨੇ ਜੇਕਰ ਲੰਗਰ ਦੇ ਵਿੱਚ ਕੋਈ ਸੇਵਾ ਜਾਂ ਹੋਰ ਵੀ ਕੋਈ ਕਿਸੇ ਤਰ੍ਹਾਂ ਦੀ ਸੇਵਾ ਲੈਣੀ ਹੋਵੇ, ਤੋ ਆਪ ਜੀ ਨੂੰ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਆਪਾਂ ਦੇ ਦਾਂਗੇ, ਆਪ ਜੀ ਉਹਨਾਂ ਨਾਲ ਕੰਟੈਕਟ ਕਰੇ ਅਤੇ ਸੇਵਾ ਵਿੱਚ ਹੱਥ ਵਟਾ ਸਕਦੇ ਹੋ। ਕਿਉਂਕਿ ਸਵੇਰ ਨੂੰ ਇੱਥੇ ਜੋ ਵੀ ਲੰਗਰਾਂ ਦੀ ਸੇਵਾ ਵੀ ਇੱਥੋਂ ਹੀ ਗੁਰਦੁਆਰਾ ਸਾਹਿਬ ਤੋਂ ਲੰਗਰ ਤਿਆਰ ਹੋਣਗੇ, ਉਹਨਾਂ ਵਿੱਚ ਵੀ ਜਿਸ ਕਿਸੇ ਵੀ ਮਾਈ ਭਾਈ ਨੇ ਸੇਵਾ ਕਰਨੀ ਹੋ ਤਾਂ ਆਪ ਜੀ ਜ਼ਰੂਰ ਆ ਸਕਦੇ ਹੋ ਜੀ। ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ, ਅਤੇ ਮਿਲਦੇ ਹਾਂ ਜੀ ਫਿਰ ਆਪਾਂ ਜੋ 29 ਅਤੇ 30 ਤਰੀਕ ਨੂੰ ਜੋ ਇਹ ਜੋੜ ਮੇਲਾ ਆ ਰਿਹਾ ਜੀ, ਆਪ ਸਭ ਨੂੰ ਹੱਥ ਜੋੜ ਕਰਕੇ ਇਸ ਮੇਲੇ ਵਿੱਚ ਪੁੱਜਣ ਦੀ, ਜੋੜ ਮੇਲੇ ਵਿੱਚ ਪੁੱਜਣ ਦੀ ਬੇਨਤੀ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।